ਇਹ ਕੰਪਰੈਸਰ ਹਵਾ ਬਣਾਉਂਦਾ ਅਤੇ ਪਾਈਪ ਦੇ ਥਰੂ ਹਵਾ ਜਿਹੜੀ ਹੈ ਉਹ ਪ੍ਰੈਸ਼ਰ ਨਾਲ ਆਉਂਦੀ ਅਤੇ ਆ ਫਿਰ ਅੱਗੇ ਮਸ਼ੀਨ ਚੱਲਦੀ। ਐਂਗਰਸੋਲ ਰਹਿਣ ਦੀ ਮਸ਼ੀਨ ਹੈ ਅਤੇ ਕੰਪਰੈਸਰ ਵੀ ਐਂਗਰਸੋਲ ਦੇਈਏ, ਲੇਕਿਨ ਇਹ ਥੋੜ੍ਹਾ ਪੁਰਾਣਾ ਹੈ, ਬਾਕੀ ਹੁਣ ਚੱਲਦਾ ਸਹੀ ਹੈ। ਆਰਾਮ ਆਰਾਮ ਨਾਲ ਹੀ ਰੋਲ ਨਿਕਲਦਾ ਇੱਥੇ, ਕਿਉਂਕਿ ਮਿੱਟੀ ਹੈ ਜ਼ਿਆਦਾ ਤਾਂ ਮਿੱਟੀ ਬਲੋ ਨਹੀਂ ਹੁੰਦੀ, ਫਿਰ ਜ਼ਿਆਦਾ ਬਾਹਰ ਆਏਗੀ ਜਲਦੀ ਫਿਰ ਹੋਲ ਜਲਦੀ ਹੋਏ। ਰਾਡ ਚੇਂਜ ਹੋਏਗਾ ਹੁਣ, 3 ਮੀਟਰ ਦਾ ਰਾਡ ਆਈ ਪਹਿਲਾਂ ਉਹ ਵਾਲਾ ਖਤਮ ਹੋ ਗਿਆ, ਹੁਣ ਉੱਥੇ ਦੂਸਰਾ ਫਿਰ ਉਹ ਨਾਲ ਪੜੇ ਆ 3 ਮੀਟਰ ਦਾ ਉਹ ਲਾਏਗਾ। ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਅੱਲਾ ਹਾਫਿਜ਼ ਨੈਕਸਟ ਵੀਡੀਓ ਵਾਸਤੇ।